ਹੈਲੋ ਏਵਰੀਵਨ, ਕਿਵੇਂ ਹੋ ਤੁਸੀਂ ਸਾਰੇ ਨੇ? ਮੈਂ ਹਾਂ ਅਮਿਤ, ਤੇ ਸਭ ਦਾ ਪਾਠਸ਼ਾਲਾ ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਆਈ ਹੋਪ ਤੁਸੀਂ ਠੀਕ ਠਾਕ ਹੋ ਤੇ ਤਿਆਰੀ ਹੈ ਜਿਹੜੀ ਵਧੀਆ ਤਰੀਕੇ ਨਾਲ ਕਰ ਰਹੇ ਹੋ, ਕਰੰਟ ਅਫੇਅਰਸ ਵੀ ਪੜ੍ਹ ਰਹੇ ਹੋ ਤੇ ਕੁਛ ਹੈਲਥ ਇਸ਼ੂਜ਼ ਕਰਕੇ ਜਿਹੜੀ ਮੈਂ ਕਲਾਸ ਪ੍ਰੋਪਰਲੀ ਨਹੀਂ ਲੈ ਪਾ ਰਿਹਾ, ਲੇਕਿਨ ਕੀ ਹੈ ਕਰੰਟ ਅਫੇਅਰਸ ਤੁਹਾਨੂੰ ਮੈਂ ਪੂਰੇ ਕਰਾ ਕੇ ਛੱਡੂੰਗਾ, ਇੰਨੀ ਕੁ ਗਰੰਟੀ ਲੈ ਲਿਓ, ਠੀਕ ਹੈ? ਸੋ ਡੇਲੀ ਕਰੰਟ ਅਫੇਅਰਸ ਦੀ ਕਲਾਸ ਦੇ ਵਿੱਚ ਸਭ ਦਾ ਹੀ ਸਵਾਗਤ ਹੈ। ਜਿਹੜੇ ਬੱਚੇ ਪਹਿਲੀ ਵਾਰੀ ਆਏ ਨੇ ਚੈਨਲ ਤੇ, ਪਹਿਲੀ ਵਾਰੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ। ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਵੇਰੇ ਅਸੀਂ ਸਵੇਰੇ 7 ਵਜੇ ਡੇਲੀ ਕਰੰਟ ਅਫੇਅਰਸ ਡੇਲੀ ਦੀ ਡੇਲੀ ਪਾਉਂਦੇ ਹਾਂ, ਠੀਕ ਹੈ? ਅਗਰ ਕੋਈ ਮਿਸ ਹੋ ਜਾਂਦਾ ਤਾਂ 2 ਦਿਨ ਦਾ, ਜਿੱਦਾਂ ਅੱਜ ਬਣਾ ਕੇ ਮੈਂ ਪਾ ਰਿਹਾ, ਇਦਾਂ ਵੀ ਪਾਉਂਦੇ ਹਾਂ, ਠੀਕ ਹੈ? ਸੋ ਕੋਈ ਵੀ ਜਿਹੜੀ ਨਿਊਜ਼ ਹੁੰਦੀਆਂ ਨੇ ਐਗਜ਼ਾਮ ਓਰੀਐਂਟਡ, ਠੀਕ ਹੈ, ਸਾਡਾ ਜਿਹੜਾ ਹੁੰਦਾ ਐਗਜ਼ਾਮ ਤੇ ਪਲੱਸ ਐਗਜ਼ਾਮ ਪਲੱਸ ਰਿਜ਼ਲਟ ਓਰੀਐਂਟਡ ਸਾਡੀ ਕਲਾਸ ਰਹਿੰਦੀ ਹੈ। ਜਿਹੜੇ ਬੱਚੇ ਇਸ ਕਲਾਸ ਤੇ ਪਹਿਲੀ ਵਾਰੀ ਆਏ ਨੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ, ਕਿਉਂਕਿ ਆਪਾਂ ਬਹੁਤ ਜਲਦੀ ਲਾਈਵ ਕਲਾਸਿਸ ਵੀ ਸਟਾਰਟ ਕਰਨ ਵਾਲੇ ਹਾਂ ਦੁਬਾਰਾ। ਤਾਂ ਸਟੈਟਿਕ ਜੀਕੇ ਦੇ ਨਾਲ ਕਰੰਟ ਅਫੇਅਰ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ, ਪਹਿਲੀ ਵਾਰੀ ਪਹਿਲੀ ਗੱਲ ਜਿਹੜੀ ਹੁੰਦੀ ਹੈ ਹਮੇਸ਼ਾ ਆਪਣੀ, ਉਹ ਕਿਹੜੀ ਹੁੰਦੀ ਹੈ ਜੀ? ਮੋਟੀਵੇਸ਼ਨ ਕੋਡ, ਯੂਰ ਮਾਰਨਿੰਗ ਸੈਟਅਪ ਦਾ ਸਕਸੈਸ ਆਫ ਯੂਰ ਡੇ। ਤੁਹਾਡੀ ਮਾਰਨਿੰਗ ਡਿਸਾਈਡ ਕਰਦੀ ਹੈ ਕਿ ਤੁਹਾਡਾ ਦਿਨ ਕਿਹੋ ਜਿਹਾ ਜਾਊਗਾ। ਸੋ ਮਾਰਨਿੰਗ ਵਧੀਆ ਹੋਣੀ ਚਾਹੀਦੀ ਹੈ, ਗੁੱਡ ਮਾਰਨਿੰਗ ਵਾਲਾ ਕਨਸੈਪਟ ਹੋਣਾ ਚਾਹੀਦਾ, ਠੀਕ ਹੈ? ਸੋ ਹਰੇਕ ਨੂੰ ਵਧੀਆ, ਜਿਹੜੋ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ, ਵੱਡੇ ਬਜ਼ੁਰਗ ਵੀ ਹੁੰਦੇ ਨੇ ਉੱਥੇ, ਛੋਟੇ ਵੀ ਹੁੰਦੇ ਨੇ, ਸਾਰਿਆਂ ਨੂੰ ਪਿਆਰ ਨਾਲ ਸਮਾਈਲ ਦੇ ਨਾਲ ਇੱਕ ਗੁੱਡ ਮਾਰਨਿੰਗ ਕਿਹਾ ਕਰੋ ਤੇ ਉਸ ਤੋਂ ਬਾਅਦ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰ ਦਿਓ ਕਰੰਟ ਅਫੇਅਰ ਦੇ ਨਾਲ, ਠੀਕ ਹੈ? ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਡਿਸਕਸ਼ਨ ਆਫ ਦ ਲਾਸਟ ਡੇ ਕੁਐਸਚਨ। ਡਿਸਕਸ਼ਨ ਤੋਂ ਇੱਕ ਪੁਆਇੰਟ ਕੁਐਸਚਨ ਪਹਿਲਾਂ ਆ ਗਿਆ ਜੀ, ਵਟ ਇਜ਼ ਪਲੈਨੇਟਰੀ ਅਲਾਈਨਮੈਂਟ? ਰੀਸੈਂਟਲੀ ਨਿਊਜ਼ ਦੇ ਵਿੱਚ ਸੁਣੀ ਗਈ। ਸੋ ਪਲੈਨੇਟਰੀ ਅਲਾਈਨਮੈਂਟ ਹੈ ਜਿਹੜੀ, ਉਹ ਕੀ ਚੀਜ਼ ਹੈ? ਉਹ ਐਕਚੁਅਲ ਦੇ ਵਿੱਚ ਦੇਖੀ ਜਾਣ ਵਾਲੀ ਗ੍ਰਹਿ ਅਲਾਈਨਮੈਂਟ ਹੈ, ਮਤਲਬ ਕਿ ਜਿਹੜੇ ਵੀ ਆਪਣੇ ਦੁਨੀਆ ਦੇ ਉੱਤੇ ਜਿੰਨੇ ਵੀ ਤੁਹਾਨੂੰ ਗ੍ਰਹਿ ਦਿਖ ਰਹੇ ਨੇ, ਠੀਕ ਹੈ, ਜਿਹੜੇ ਆਪਣੇ ਯੂਨੀਵਰਸ ਦਿਖ ਰਹੇ ਨੇ, ਉਹਨਾਂ ਤੋਂ 3 ਜੂਨ ਨੂੰ ਕੀ ਹੋਊਗਾ ਨੈਕਸਟ ਮੰਥ? ਆ 3 ਜੂਨ ਜਿਹੜੀ ਆਉਣ ਵਾਲੀ ਹੈ ਬੇਟਾ, ਇਸ 3 ਜੂਨ ਨੂੰ ਕੀ ਹੋਣ ਜਾ ਰਿਹਾ? ਇੱਕ ਮਿੰਟ, ਹਾਂ ਸੋਰੀ, 3 ਜੂਨ ਨੂੰ ਕੀ ਹੋਣ ਜਾ ਰਿਹਾ? 6 ਪਲੈਨਟਸ ਨੇ ਸਾਡੇ, ਮਰਕਰੀ, ਮਾਰਸ, ਜੁਪੀਟਰ, ਸੈਟਨ, ਯੂਰੇਨਸ ਐਂਡ ਨੈਪਚੂਨ। ਮਰਕਰੀ, ਮਾਰਸ, ਜੁਪੀਟਰ, ਸੈਟਨ, ਯੂਰੇਨਸ ਐਂਡ ਨੈਪਚੂਨ, ਇਹ 6 ਜਿਹੜੇ ਪਲੈਨਟ ਨੇ ਆਪਣੇ ਇੰਡੀਆ, ਸੋਰੀ, ਆਪਣੀ ਅਰਥ ਤੋਂ ਦਿਖਣਗੇ। ਸੋ ਐਕਚੁਅਲ ਦੇ ਵਿੱਚ ਕੀ ਗੱਲ ਕਰਦੇ ਹਾਂ, ਜਿਹੜੇ ਵੀ ਕੁਛ ਕੁ ਤਾਂ ਹੈਗੇ ਨੇ ਕਿ ਇਲਿਊਜ਼ਨ ਨਾਲ ਦਿਖਣਗੇ, ਠੀਕ ਹੈ, ਆਪਟੀਕਲ ਇਲਿਊਜ਼ਨ ਪਰਸਪੈਕਟਿਵਲੀ ਵਿਲ ਬੀ ਵਿਜ਼ੀਬਲ ਔਨ ਦਾ ਅਰਥ। ਮਾਰਸ ਤੇ ਜਿਹੜੇ ਸੈਟਨ ਨੇ ਉਹ ਵਿਜ਼ੀਬਲ ਹੋਣਗੇ ਨੰਗੀਆਂ ਅੱਖਾਂ ਦੇ ਨਾਲ 3 ਤਰੀਕ ਨੂੰ, ਦਾਓ ਦਾ ਡਿਮਲੀ ਯੂਰੇਨਸ ਤੇ ਨੈਪਚੂਨ ਨੇ ਜਿਹੜੇ ਉਹਨਾਂ ਨੂੰ ਦੇਖਣ ਵਾਸਤੇ ਟੈਲੀਸਕੋਪ ਜਾਂ ਫਿਰ ਕਹਿ ਲਓ ਦੂਰਬੀਨ ਦੀ ਲੋੜ ਪਊਗੀ। ਤੇ ਮਰਕਰੀ ਤੇ ਜੁਪੀਟਰ ਜਿਹੜੇ ਨੇ ਉਹ ਬਹੁਤ ਔਖੇ ਨੇ ਦੇਖਣੇ, ਕਿਉਂਕਿ ਉਹਨਾਂ ਦੇ ਉੱਤੇ ਸਨ ਦੀ ਰੋਸ਼ਨੀ ਪੈ ਰਹੀ ਹੋਊਗੀ। ਆਈ ਹੋਪ ਤੁਸੀਂ ਕਲੀਅਰ ਹੋ ਗਏ ਇਸ ਚੀਜ਼ ਤੋਂ। ਇਹ ਨੈਕਸਟ ਮੰਥ 3 ਜੂਨ ਨੂੰ ਇਹ ਸਾਰੇ ਦੇ ਸਾਰੇ ਗ੍ਰਹਿ ਇੱਕ ਸਾਰ ਦਿਖਣਗੇ ਤੁਹਾਨੂੰ ਸਕਾਈ ਦੇ ਵਿੱਚ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ। ਤੇ ਇਹ ਸੀਗਾ ਇਸਦਾ ਆਂਸਰ, ਬੜੀ ਇੰਟਰਸਟਿੰਗ ਚੀਜ਼ ਹੈ, 3 ਜੂਨ ਨੂੰ ਜ਼ਰੂਰ ਦੇਖਾਂਗੇ, ਠੀਕ ਹੈ ਸਾਰੇ ਨੇ। ਸੋ ਬੈਸਟ ਆਂਸਰ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਕਾਜਲ ਨੇ ਆਂਸਰ ਦਿੱਤਾ, ਹੈਰੀ ਨੇ ਆਂਸਰ ਦਿੱਤਾ, ਹਰਵਿੰਦਰ ਨੇ ਐਂਡ ਮਾਨਕੌਰ ਨੇ ਆਂਸਰ ਦਿੱਤਾ। ਇਸ ਤੋਂ ਇਲਾਵਾ ਸੰਦੀਪ ਨੇ ਵੀ ਆਂਸਰ ਦਿੱਤਾ ਐਂਡ ਥੋਮਸ, ਸਾਡੇ ਪੁਰਾਣੇ ਸਟੂਡੈਂਟ, ਵੈਲਕਮ ਥੋਮਸ, ਤੇ ਇਹਨਾਂ ਨੇ ਵੀ ਆਂਸਰ ਜਿਹੜਾ ਹੈ ਵਧੀਆ ਢੰਗ ਨਾਲ ਦਿੱਤਾ ਹੈ। ਤਾਂ ਇੱਕੋ ਹੀ ਲਹਿ ਦੇ ਵਿੱਚ, ਜਿੱਦਾਂ ਥੋਮਸ ਨੇ ਆਂਸਰ ਦਿੱਤਾ, ਤੁਸੀਂ ਵੀ ਇੱਦਾਂ ਹੀ ਆਂਸਰ ਦੱਸਿਆ ਕਰੋ, ਬਾਰ ਬਾਰ ਨਾ ਦੱਸਿਆ ਕਰੋ। ਜਿਵੇਂ ਸੰਦੀਪ ਦਾ ਨਾਮ 2 ਵਾਰੀ ਆ ਰਿਹਾ ਬੇਟਾ, ਤਾਂ ਇੱਦਾਂ ਨਾਮ ਤੁਸੀਂ ਨਹੀਂ ਲਿਖਣਾ, ਇੱਕੋ ਦੇ ਵਿੱਚ ਹੀ ਆਂਸਰ ਦੱਸਿਆ ਕਰੋ, ਠੀਕ ਹੈ? ਚਲੋ ਜੀ, ਹੁਣ ਸਿਮਰਨ ਸ਼ਰਮਾ, ਸਿਮਰਨ ਸ਼ਰਮਾ ਦੇ ਬਾਰੇ ਜਾਣਦੇ ਹਾਂ ਜੀ। ਗੋਲਡ ਮੈਡਲ ਜਿੱਤਿਆ ਜੀ ਇਹਨਾਂ ਨੇ ਵਰਲਡ ਪੈਰਾ ਐਥਲੈਟਿਕ ਚੈਂਪੀਅਨ। ਸੋ ਵਰਲਡ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਜਿਹੜੀ ਹੋਈ ਸੀ, ਉਹਦੇ ਵਿੱਚ ਸਿਮਰਨ ਸ਼ਰਮਾ ਨੇ ਕੀ ਜਿੱਤਿਆ ਜੀ? ਗੋਲਡ ਜਿੱਤਿਆ 200 ਮੀਟਰ ਦੇ ਵਿੱਚ। 200 ਮੀਟਰ ਦੀ ਰੇਸ ਦੇ ਵਿੱਚ ਇਹਨਾਂ ਨੇ ਗੋਲਡ ਜਿੱਤਿਆ ਜੀ। ਸਿਮਰਨ ਦਾ ਨਾਮ ਇੰਪੋਰਟੈਂਟ ਹੈ, ਵੀਡੀਓ ਸ਼ਾਇਦ ਤੁਸੀਂ ਦੇਖੀ ਹੋਵੇ, ਬਟ ਮੈਂ ਤਾਂ ਦੇਖੀ ਹੈ। 24.95 ਸੈਕਿੰਡ ਦੇ ਵਿੱਚ ਇਹਨਾਂ ਨੇ ਅਚੀਵਮੈਂਟ ਕੀਤੀ ਹੈ। ਤੁਹਾਨੂੰ ਪਤਾ ਹੀ ਹੈ ਕਿ ਜਪਾਨ ਦੇ ਵਿੱਚ ਕੋਬੇ ਸ਼ਹਿਰ ਦੇ ਵਿੱਚ ਵਰਲਡ ਐਥਲੈਟਿਕ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਜਿਹੜੀ ਹੈ ਉਹ ਹੋ ਰਹੀ ਸੀ, ਜੋ ਕਿ 25 ਮਈ ਨੂੰ ਖਤਮ ਹੋਈ ਹੈ। ਤੇ ਉਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਇੰਡੀਆ ਨੇ 17 ਮੈਡਲ ਜਿੱਤੇ ਨੇ, ਜਿਹਦੇ ਵਿੱਚੋਂ 6 ਕੀ ਨੇ ਉਹਨਾਂ ਦੇ ਗੋਲਡ ਨੇ, ਇਹ ਯਾਦ ਰੱਖਣਾ। 17 ਮੈਡਲ ਚੋਂ 6 ਗੋਲਡ ਨੇ, ਸਿਮਰਨ ਸ਼ਰਮਾ ਦਾ ਨਾਮ ਗੋਲਡ ਦੇ ਵਿੱਚ ਦਰਜ ਹੋ ਗਿਆ, ਠੀਕ ਹੈ ਜੀ। ਨੈਕਸਟ ਆ ਗਿਆ ਵੈਰੀ ਇੰਪੋਰਟੈਂਟ, ਜਿਹੜੇ ਬੱਚੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਨੂੰ ਪਤਾ ਵੀ ਹੋਊਗਾ ਕਿ ਕੋਲਕਾਤਾ ਨਾਈਟ ਰਾਈਡਰਸ ਨੇ ਜਿਹੜੇ KKR, ਜਿਹੜੀ ਸ਼ਾਹਰੁਖ ਖਾਨ ਦੀ ਇੱਕ ਲਾਈਕ ਟੀਮ ਹੈ, ਠੀਕ ਹੈ, ਉਹ ਜਿੱਤ ਗਈ ਹੈ। ਸੋ ਮੇਰੇ ਬਹੁਤ ਖਾਸ ਮਿੱਤਰ ਦੋਸਤ ਹੁੰਦੇ ਸੀ ਜਿਨ੍ਹਾਂ ਦਾ ਨਾਮ ਅਜੇ ਸੀਗਾ,
ਠੀਕ ਹੈ ਸਾਡੇ ਅਸੀਂ ਕਾਲਜ 'ਚ ਪੜ੍ਹਦੇ ਹੁੰਦੇ ਸੀ ਬੀਟੈਕ ਟਾਈਮ, ਤਾਂ ਉਹਨਾਂ ਦੇ ਇਹ ਫੇਵਰੇਟ ਸੀਗੇ ਸ਼ਾਹਰੁਖ ਖਾਨ, ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ। ਸੋ KKR ਜਿਹੜੀ ਹੈ ਟੀਮ ਉਹਨਾਂ ਦੀ ਹੋਗੀ, ਤਾਂ ਉਹਨਾਂ ਨੇ ਇਹ ਜਿੱਤ ਹਾਸਲ ਕੀਤੀ ਹੈ 2024 ਦੇ, ਜੇ ਆਪਾਂ ਗੱਲ ਕਰਦੇ ਹਾਂ T20 ਚੈਂਪੀਅਨਸ਼ਿਪ IPL ਦੀ ਜਿੱਤੀ ਹੈ ਕੋਲਕਾਤਾ ਨਾਈਟ ਰਾਈਡਰ ਨੇ ਹੈਦਰਾਬਾਦ ਨੂੰ ਹਟਾ ਕੇ ਹਰਾ ਕੇ। ਵੈਂਕਟੇਸ਼ ਅਈਅਰ ਨੇ ਹਾਫ ਸੈਂਚਰੀ ਕੀਤੀ ਹੈ, ਤਾਂ ਇਸ ਤੋਂ ਇਲਾਵਾ ਜਿਹੜੀਆਂ ਨੇ ਹੋਰ ਵੀ KKR ਦੇ ਬਹੁਤ ਸਾਰੇ ਪਲੇਅਰ ਸੀਗੇ ਜਿਨ੍ਹਾਂ ਨੇ ਵਧੀਆ ਭੂਮਿਕਾ ਨਿਭਾਈ ਹੈ। ਲੇਕਿਨ ਜੇ ਆਪਾਂ KKR ਦੀ ਗੱਲ ਕਰਦੇ ਹਾਂ ਤਾਂ 2012, 2014 ਤੇ 2024 ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਇਹ ਤੀਜੀ ਜਿੱਤ ਹੋਗੀ ਸ਼ਾਹਰੁਖ ਖਾਨ ਸਾਹਿਬ ਦੀ, ਸ਼ਾਹਰੁਖ ਖਾਨ ਦਾ ਟੀਮ ਹੋ ਗਈ, ਲੇਕਿਨ ਕਹਿਣ ਦਾ ਮਤਲਬ ਕੀ ਹੋ ਗਿਆ ਕਿ ਉਹਨਾਂ ਦੀ ਟੀਮ ਦਾ, ਠੀਕ ਹੈ। ਸੋ ਦੇਖਿਓ ਸ਼ਾਹਰੁਖ ਖਾਨ ਸਾਹਿਬ ਤਾਂ ਜਿੱਤੇ ਨਹੀਂ ਹੈ, ਲੇਕਿਨ ਕੀ ਹੈ ਕਿ ਐਕਚੁਅਲ ਅਲਟੀਮੇਟਲੀ ਪੈਸਾ ਜਾਂ ਲਾ ਲਓ ਫਾਈਨਾਂਸ ਲਗਾ ਲਓ, ਤਾਂ ਉਹਨਾਂ ਨੇ ਜਿੱਤੇ ਨਾ ਸਪੌਂਸਰ ਕਰਦੇ ਨੇ। ਸੋ ਸੁਨੀਲ ਨਾਰਾਇਣ ਸਾਹਿਬ ਕੌਣ ਬਣੇ ਨੇ? ਮੋਸਟ ਵੈਲਿਊਬਲ ਪਲੇਅਰ ਆਫ ਦਾ ਸੀਜ਼ਨ ਬਣੇ ਨੇ, ਤੇ ਹਾਈਐਸਟ ਰਨ ਸਕੋਰਰ ਵੀ ਉਹੀ ਨੇ ਸੁਨੀਲ ਨਾਰਾਇਣ ਸਾਹਿਬ, ਠੀਕ ਹੈ ਜੀ। ਸੋ ਇਹ ਚੀਜ਼ ਦੇ ਤੁਸੀਂ ਧਿਆਨ ਰੱਖਣੀ ਹੈ, ਇੰਪੋਰਟੈਂਟ ਹੈ। ਜੋਸ ਬਟਲਰ ਦੀ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ T20 ਰਨ ਦੇ ਵਿੱਚ, T20 ਓਡੀਆਈਜ਼ ਦੇ ਵਿੱਚ ਕੀ ਕੀਤਾ ਜੀ, ਪਹਿਲੇ ਪਲੇਅਰ ਬਣ ਚੁੱਕੇ ਨੇ ਇੰਗਲੈਂਡ ਦੇ ਜਿਨ੍ਹਾਂ ਨੇ 3000 ਸਕੋਰ ਜਿਹੜੇ ਬਣਾਏ। ਇਸ ਤੋਂ ਪਹਿਲਾਂ ਜਿਹੜੇ ਬਣਾਏ ਸੀਗੇ ਉਹ ਸਕੋਰ ਬਣਾਏ ਸੀ ਜੀ 2458, ਠੀਕ ਹੈ, ਇਓਨ ਮੋਰਗਨ ਨੇ, ਠੀਕ ਹੈ। ਲੇਕਿਨ ਹੁਣ ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ, ਬਟਲਰ ਸਾਹਿਬ ਨੇ ਇਹ ਕਰ ਦਿਖਾਇਆ ਜੀ, ਜੋਸ ਬਟਲਰ ਜੋ ਕਿ ਇੰਗਲੈਂਡ ਦੇ ਪਲੇਅਰ ਨੇ, ਉਹਨਾਂ ਨੇ 3000 ਦੌੜਾਂ ਨੇ ਜਿਹੜੀਆਂ ਉਹ ਕੰਪਲੀਟ ਕਰਕੇ ਇਹ ਪਹਿਲੇ ਇੰਗਲੈਂਡ ਦੇ ਪਹਿਲੇ ਖਿਡਾਰੀ ਬਣ ਗਏ। ਜੇ ਹੁਣ ਆਪਾਂ ਆਪਣੇ ਸ਼ੇਰ ਦੀ ਗੱਲ ਕਰੀਏ ਵਿਰਾਟ ਸਾਹਿਬ ਦੀ, ਸੋ ਵਿਰਾਟ ਕੋਹਲੀ ਨੇ ਇਹ ਕੰਮ 4337 ਰਨਾਂ ਦਾ ਕਰਕੇ ਦਿਖਾਇਆ ਹੋਇਆ। ਹਾਈਐਸਟ ਦੌੜਾਂ ਨੇ ਜਿਹੜੀਆਂ ਉਹ ਵਿਰਾਟ ਕੋਹਲੀ ਦੀਆਂ ਨੇ T20 ਦੇ ਵਿੱਚ, ਯਾਦ ਰੱਖਣਾ। ਤੇ ਬਟਲਰ ਦਾ ਨਾਮ ਆ ਗਿਆ ਜੀ, ਜੇ ਆਪਾਂ ਗੱਲ ਕਰ ਦਈਏ 9ਵੇਂ ਨੰਬਰ ਤੇ, ਆਪਣਾ 9ਵੇਂ ਨੰਬਰ ਤੇ, ਠੀਕ ਹੈ ਜੀ, ਇੰਪੋਰਟੈਂਟ ਸੀਗੀ। ਚਲੋ ਅੱਗੇ ਗੱਲ ਕਰਦੇ ਹਾਂ ਜੀ, ਮੌਸਮ ਦੀ ਜਾਣਕਾਰੀ ਦਿੰਦੇ ਹਾਂ ਥੋੜੀ ਜੀ। ਸਵੇਰ ਸਾਈਕਲੋਨ ਰਿਮਾਲ, ਸੋ ਰਿਮਾਲ ਨਾਮ ਦਾ, ਰਿਮਲ ਨਾਮ ਦਾ ਇੱਕ ਚੱਕਰਵਾਤ ਜਿਹੜਾ ਹੈ, ਆਹ ਤੁਹਾਨੂੰ ਗ੍ਰੀਨ ਕਲਰ ਦਾ ਦਿਖ ਰਿਹਾ ਹੈ, ਇਸ ਜਗ੍ਹਾ ਦੇ ਉੱਤੇ ਆਊਗਾ ਵਿਸ਼ਾਖਾਪਟਨਮ ਦੇ, ਕਿਆ ਨਾਮ ਹੈ ਤੁਹਾਡਾ, ਵਿਸ਼ਾਖਾਪਟਨਮ, ਭੁਵਨੇਸ਼ਵਰ, ਚਿਟਾਗ੍ਰਾਮ, ਠੀਕ ਹੈ। ਸੋ ਇਹ ਏਰੀਏ ਦੇ ਵਿੱਚ, ਇਹ ਰੀਜਨ ਦੇ ਵਿੱਚ ਇਹ ਆ ਕੇ ਬੰਗਾਲ ਦਾ ਜਿਹੜਾ ਤੱਟ ਹੈ ਉਹਦੇ ਨਾਲ ਟਕਰਾਊਗਾ। ਤਾਂ ਕੀ ਹੈ ਜੀ ਇਹ ਇੱਕ ਚੱਕਰਵਾਤ ਹੈ, ਸਾਈਕਲੋਨ ਦਾ ਨਾਮ ਬਹੁਤ ਇੰਪੋਰਟੈਂਟ ਹੋ ਗਿਆ, ਜਿਹਦੀ ਸਪੀਡ ਹੋ ਗਈ 135 ਪਰ ਕਿਲੋਮੀਟਰ ਪਰ ਆਰ, ਜੋ ਕਿ ਵੈਸਟ ਬੰਗਾਲ ਤੇ ਬੰਗਲਾਦੇਸ਼ ਦੇ ਵਿੱਚ ਰਾਤ ਨੂੰ ਮਿਡ ਨਾਈਟ ਨੂੰ, ਜੇ ਆਪਾਂ ਗੱਲ ਕਰਦੇ ਹਾਂ 26-27, 27-28 ਦੇ ਵਿੱਚ ਇਹ ਜਾ ਕੇ ਦਾਖਲ ਹੋਊਗਾ, ਤੇ ਬਹੁਤ ਸਾਰੀ ਰੇਨਫਾਲ ਵੀ ਕਰੂਗਾ, ਤੇ ਲੋਕਾਂ ਨੂੰ ਰਾਹਤ ਵੀ ਮਿਲੂਗੀ, ਤੇ ਪ੍ਰੀਕੋਸ਼ਨਰੀਜ਼ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਕਲਕੱਤਾ ਦੇ ਲੋਕਾਂ ਨੂੰ, ਤੇ ਉੱਥੋਂ ਦੇ ਜਿਹੜੀ ਟੀਮ ਹੈ, ਰਿਲੀਫ ਟੀਮ, ਉਹ ਪਹੁੰਚ ਚੁੱਕੀ ਹੈ, ਤੇ ਜਿਹੜੇ ਮਛਿਆਰੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਭਾਈ ਤੁਸੀਂ ਮੱਛੀਆਂ ਮੁੱਛੀਆਂ ਫੜਨ ਨਾ ਜਾਇਓ, ਉਧਰੋਂ ਚੱਕਰਵਾਤ ਆ ਜੇ, ਉਧਰ ਤੁਸੀਂ ਇੱਧਰ ਉੱਧਰ ਹੋ ਜਾਓ। ਤਾਂ ਇਹ ਚੀਜ਼ਾਂ ਜ਼ਰੂਰੀ ਨੇ, ਸਰਕਾਰ ਨੂੰ ਕਰਨੀਆਂ ਵੀ ਚਾਹੀਦੀਆਂ, ਤੇ ਕਰਦੀ ਵੀ ਹੈ, ਤੇ ਇਹਦੀ ਇਨਫੋਰਮੇਸ਼ਨ ਆ ਉਹ ਪਹਿਲਾਂ ਪਤਾ ਲੱਗ ਜਾਂਦੀ ਹੈ, ਠੀਕ ਹੈ। ਸੋ ਸਾਇੰਸ ਦਾ ਇੰਨਾ ਕੁ ਜਿਹੜਾ ਹੈ ਫਾਇਦਾ ਆਪਾਂ ਨੂੰ ਲੈਣਾ ਵੀ ਚਾਹੀਦਾ ਹੈ, ਸਮਝ ਆ ਗਈ ਗੱਲ। ਸੋ ਸਾਈਕਲੋਨ ਰਿਮਲ, ਅੱਗੇ ਗੱਲ ਕਰਦੇ ਹਾਂ ਸਾਈਬਰ ਸਿਕਿਉਰਿਟੀ, ਸਿਕਿਉਰਿਟੀ ਕਨਕਲੇਵ, ਇੱਕ ਸਾਈਬਰ ਸਿਕਿਉਰਿਟੀ ਜਿਹੜਾ ਸੰਮੇਲਨ ਹੈ ਨਾ, ਉਹ ਆਯੋਜਨ ਕੀਤਾ ਗਿਆ ਸੀ ਨਿਊ ਦਿੱਲੀ ਦੇ ਵਿੱਚ, ਉਹਦੇ ਬਾਰੇ ਚਰਚਾ ਕਰ ਰਹੇ ਹਾਂ ਆਪਾਂ, ਠੀਕ ਹੈ। ਸੋ ਇਹ ਕੀ ਸੀ ਜੀ, ਇਹ CSEC ਕਾਮਨ ਸਰਵਿਸ ਸੈਂਟਰ ਵਾਲੇ ਹੁੰਦੇ ਨੇ, ਜਿਹੜੇ ਯੂਨਾਈਟਿਡ ਸਰਵਿਸ ਇੰਸਟੀਟਿਊਟ ਵਾਲੇ ਹੁੰਦੇ ਨੇ, ਦੋਨਾਂ ਇਹਨਾਂ ਨੇ ਇਹ ਜੁਆਇੰਟ ਐਫਰਟਸ ਕੀਤੀਆਂ ਨੇ ਕਿ ਅਸੀਂ ਜਿਹੜੇ ਵੱਧ ਰਹੇ ਸਾਈਬਰ ਥ੍ਰੈਡਸ ਨੇ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ, ਠੀਕ ਹੈ। ਕੰਬੈਟ ਇਨਕਰੀਜ਼ਿੰਗ ਸਾਈਬਰ ਥ੍ਰੈਡਸ, ਉਹਨਾਂ ਤੋਂ ਬਚਣ ਵਾਸਤੇ ਇਹ ਕੰਮ ਕੀਤਾ ਜੀ, ਕਿਸੇ ਦਾ ਪੈਸਾ ਨਾ ਬਚ ਜੇ, ਕੋਈ ਜਿਹੜਾ ਆਪਣਾ ਸਿਕਿਉਰਿਟੀ ਹੈ ਉਹਦਾ ਮੁੱਦਾ ਮੁੱਖ ਜਿਹੜਾ ਹੈ ਏਮ ਹੈ। ਜੇ ਆਪਾਂ ਗੱਲ ਕਰਦੇ ਹਾਂ ਔਰਤਾਂ ਨੇ, ਜਿਵੇਂ ਨਾ ਵੀ ਔਰਤਾਂ ਨੇ ਵਿੱਚ ਟ੍ਰੇਨ ਵੂਮੈਨ ਇਨ ਸਾਈਬਰ ਸਿਕਿਉਰਿਟੀ ਸਕਿੱਲ, ਸੋ ਔਰਤਾਂ ਨੂੰ ਇਹ ਸਕਿੱਲ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ, ਇਹ ਵੀ ਦੱਸਿਆ ਗਿਆ ਸਾਈਬਰ ਸਿਕਿਉਰਿਟੀ ਜਿਹੜਾ ਸੰਮੇਲਨ ਸੀਗਾ, ਠੀਕ ਹੈ ਜੀ। ਇਹ ਤੁਸੀਂ ਦੱਸਣਾ ਜੀ ਕਮੈਂਟ ਕਰਕੇ, ਕਿਉਂਕਿ ਆਈ ਥਿੰਕ ਸੋ, ਹਾਂ ਕਮੈਂਟ ਕਰਕੇ ਦੱਸਣਾ ਹੈ ਤੁਸੀਂ ਇਹ ਹੋ ਨਹੀਂ, ਠੀਕ ਹੈ। ਚਲੋ ਜੀ, ਆਈ ਹੋਪ ਤੁਸੀਂ ਇਹ ਪੁਆਇੰਟ ਕਲੀਅਰ ਹੋ ਚੁੱਕਿਆ। ਵੈਸੇ ਮੈਂ ਪੁੱਛਣ ਲੱਗਾ ਸੀ ਕਿ ਇਹ ਕਿੱਥੇ ਹੋਇਆ ਜੀ, ਇਹ ਨਵੀਂ ਦਿੱਲੀ ਦੇ ਵਿੱਚ ਹੋਇਆ, ਇਹ ਮੈਨੇ ਹੈਡਲਾਈਨ 'ਚ ਹੀ ਲਿਖ ਰੱਖਿਆ, ਸੋਰੀ। ਚਲੋ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਵਾਈਸ ਐਡਮਾਇਰਲ, ਵੈਰੀ ਇੰਪੋਰਟੈਂਟ ਕਨਸੈਪਟ, ਵੈਰੀ ਇੰਪੋਰਟੈਂਟ ਪੁਆਇੰਟ, ਕੁਸ਼ਚਨ ਕਿਤੋਂ ਵੀ ਬਣ ਜੇ ਆ ਸਕਦਾ ਬਣ ਕੇ। ਤਾਂ ਵਾਈਸ ਐਡਮਾਇਰਲ ਸਾਹਿਬ ਜਿਹੜੇ ਸਾਡੇ ਨੇ ਗੁਰਚਰਨ ਸਿੰਘ ਜੀ ਨੇ, ਉਹਨਾਂ ਨੇ NDA ਦੀ ਕਮਾਨ ਸੰਭਾਲੀ, NDA ਨੂੰ ਨੈਸ਼ਨਲ ਡਿਫੈਂਸ ਅਕੈਡਮੀ ਦੇ ਹੈੱਡ ਬਣ ਗਏ, ਉਹ ਕਮਾਂਡ ਕਰਨਗੇ ਉਸ ਚੀਜ਼ ਨੂੰ, ਵਾਈਸ ਐਡਮਾਇਰਲ ਨੇ ਜਿਹੜੇ ਸਾਡੇ ਗੁਰਚਰਨ ਸਿੰਘ ਜੀ। ਤੇ ਆਪਾਂ ਜੇ ਆਪਾਂ ਗੱਲ ਕਰਦੇ ਹਾਂ ਨੈਸ਼ਨਲ ਡਿਫੈਂਸ ਅਕੈਡਮੀ ਫਰੋਮ ਵਾਈਸ ਐਡਮਾਇਰਲ ਅਜੇ ਕੋਚਰ ਸਾਹਿਬ ਤੋਂ ਇਹ ਲੈ ਲੈਣਗੇ ਅਹੁਦਾ, ਤੇ ਇਹਨਾਂ ਕੋਲੇ ਪਹੁੰਚ ਜੂਗੀ ਖਬਰ,
ਪੋਸਟ ਤੇ ਪੁਣੇ ਦੇ ਵਿੱਚ ਸਿਚੁਏਟਡ ਹੈ। ਪੁਣੇ ਦਾ ਦੇਸ਼ ਸ਼ਹਿਰ ਦਾ ਨਾਮ ਕੀ ਹੈ? ਖੜਕਾ ਵਾਸਲਾ, ਠੀਕ ਹੈ। ਇਹ ਉੱਥੇ ਅਕੈਡਮੀ ਸਿਚੁਏਟਡ ਹੈ। ਹੀ ਵਾਸ ਕਮਿਸ਼ਨ ਇਨਟੂ ਇੰਡੀਅਨ ਨੇਵੀ ਦੇ ਵਿੱਚ ਇਹ 1 ਜੁਲਾਈ 1990 ਤੋਂ ਆਪਣੀ ਭੂਮਿਕਾ ਜਿਹੜੀ ਨਿਭਾ ਰਹੇ ਨੇ, ਆਪਣਾ ਜਿਹੜਾ ਕਾਰਜਕਾਲ ਆ ਉਹ ਕਰ ਰਹੇ ਨੇ ਐਜ਼ ਅ ਸਪੈਸ਼ਲਿਸਟ ਇਨ ਗਨਰੀ ਐਂਡ ਮਿਸਾਈਲ। ਜੇ ਆਪਾਂ ਗੱਲ ਕਰਦੇ ਹਾਂ ਤੋਪਾਂ ਵਾਲੇ ਕਨਸੈਪਟ ਦੇ ਵਿੱਚ ਤੇ ਮਿਸਾਈਲਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਕਨਸੈਪਟ ਦੇ ਵਿੱਚ ਇਹਨਾਂ ਦਾ ਮਾਹਿਰ ਨੇ ਇਹ ਵਧੀਆ ਤਰੀਕੇ ਨਾਲ। ਤੇ ਇਹਨਾਂ ਨੇ ਰਣਜੀਤ ਤੇ ਪ੍ਰਹਾਰ ਦੋ ਨਾਮ ਸ਼ਿਪਸ ਨੇ ਜਿਹੜੀਆਂ ਇੰਡੀਆ ਦੀਆਂ ਸ਼ਿਪਸ ਨੇ ਉਹਦੇ ਵਿੱਚ ਵੀ ਭੂਮਿਕਾ ਨਿਭਾਈ ਹੈ। ਸੋ ਇੱਥੋਂ ਇਹ ਪਤਾ ਲੱਗ ਰਿਹਾ ਕਿ ਰਣਜੀਤ ਤੇ ਗੱਲ ਕਰਦੇ ਹਾਂ ਆਪਾਂ, ਸੋਰੀ, ਹਾਂ, ਰਣਜੀਤ ਐਂਡ ਪ੍ਰਹਾਰ ਦੀ ਗੱਲ ਕਰਦੇ ਹਾਂ ਤੇ ਇਹ ਦੋਨੋਂ ਆਪਣੀਆਂ ਇੰਡੀਅਨ ਨੇਵਲ ਸ਼ਿਪਸ ਨੇ। ਇਹ ਇੰਪੋਰਟੈਂਟ ਸਟੈਟਿਕ ਪੁਆਇੰਟ ਹੋ ਗਿਆ ਇੰਡੀਆ ਲਈ। ਟੀਸੀਐਸ ਦੀ ਗੱਲ ਕਰਦਾ ਹੈ, ਜਿਹਨੇ ਤੁਹਾਡੇ ਪੰਜਾਬ ਪੁਲਿਸ ਦਾ ਪੇਪਰ ਲੈਣਾ, ਟੀਸੀਐਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਠੀਕ ਹੈ। ਤੇ ਉਹਨੇ ਕੀ ਕਰਿਆ ਜੀ, ਬਰਗਨ ਬੈਂਕ ਨਾਲ ਸਮਝੌਤਾ ਕੀਤਾ ਹੈ। ਹੁਣ ਟੀਸੀਐਸ ਨੇ ਸਾਈਨ ਕੀਤਾ ਜੀ ਕੁਵੈਤ ਦੇ ਬਰਗਨ ਬੈਂਕ। ਕੁਵੈਤ ਦੇ ਵਿੱਚ ਕਿਹੜਾ ਬੈਂਕ ਆ ਗਿਆ ਜੀ? ਬਰਗਨ ਬੈਂਕ। ਟੂ ਮਾਡਰਨਾਈਜ਼ ਇਟਸ ਕੋਰ ਬੈਂਕਿੰਗ ਟੈਕਨੋਲੋਜੀ, ਇਹਦਾ ਮਤਲਬ ਕੀ ਹੈ? ਟੈਕਨੋਲੋਜੀ ਹੈ ਜਿਹੜੀ ਬੈਂਕਿੰਗ ਟੈਕਨੋਲੋਜੀ, ਉਹਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਿਹਤਰ ਕਰਨ ਵਾਸਤੇ ਇਹ ਟੀਸੀਐਸ ਨੇ ਕਨਸੈਪਟ ਚੂਜ਼ ਕੀਤਾ ਹੈ। ਟੀਸੀਐਸ ਬੈਂਕਸ ਸੋਲੂਸ਼ਨ ਏਮਸ ਟੂ ਮੈਨੇਜ ਹਾਇਰ ਟ੍ਰਾਂਜੈਕਸ਼ਨ ਵੋਲਿਊਮਸ, ਬੂਸਟ ਆਟੋਮੇਸ਼ਨ, ਇੰਪਰੂਵ ਸਟਾਫ ਪ੍ਰੋਡਕਟਿਵਿਟੀ, ਸਰਵਿੰਗ ਕੋਪਰੇਟ। ਮਤਲਬ ਕਿ ਵਧੀਆ ਵਧੀਆ ਚੀਜ਼ਾਂ ਕਰਨ ਵਾਸਤੇ ਇਹ ਕੰਮ ਕਰਦੇ ਰਹਿੰਦੇ ਨੇ। ਤਾਂ ਟੀਸੀਐਸ ਨੇ ਜੀ ਕੀ ਕਰਤਾ ਜੀ, ਕੁਵੈਤ ਦੇ ਬੈਂਕ, ਕੁਵੈਤ ਦੇ ਬੈਂਕ ਬਰਗਨ ਬੈਂਕ ਦੇ ਨਾਲ ਕੀ ਕਰਿਆ ਜੀ, MOU ਸਮਝੌਤਾ ਸਾਈਨ ਕਰਿਆ ਜੀ। ਬਰਗਨ ਬੈਂਕ ਇਜ਼ ਅ ਵਨ ਆਫ ਦ ਨਿਊਐਸਟ ਕਮਰਸ਼ੀਅਲ ਬੈਂਕ ਇਨ ਕੁਵੈਤ। ਸੋ ਕੁਵੈਤ ਦੇ ਬੈਂਕ ਦਾ ਨਾਮ ਕੀ ਹੈ? ਬਰਗਨ ਬੈਂਕ, ਯਾਦ ਰੱਖ ਲਿਓ। ਨੈਕਸਟ ਆ ਗਏ ਜੀ ਤੁਹਾਡੇ ਲਾਸਟ ਦੇ ਉੱਤੇ ਮਲਟੀਪਲ ਚੋਇਸ ਕੁਐਸਚਨ। ਇਹ ਬਹੁਤ ਇੰਟਰਸਟਿੰਗ ਹੁੰਦੇ ਨੇ, ਧਿਆਨ ਨਾਲ ਦੇਖਣਾ ਇਹਨਾਂ ਨੂੰ। ਸੰਥਿਆ ਮੰਗਲਮ ਟਾਈਗਰ ਰਿਜ਼ਰਵ, ਸੰਥਾ ਮੰਗਲਮ ਟਾਈਗਰ ਰਿਜ਼ਰਵ ਜਿਹੜਾ ਰੀਸੈਂਟਲੀ ਨਿਊਜ਼ ਦੇ ਵਿੱਚ ਦੇਖਿਆ ਗਿਆ, ਇਹ ਕਿਹੜੀ ਸਟੇਟ ਦੇ ਵਿੱਚ ਮਿਲਦਾ ਹੈ? ਸੋ ਇਹ ਮਿਲਦਾ ਜੀ ਤਮਿਲਨਾਡੂ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਟਾਈਗਰ ਰਿਜ਼ਰਵ ਹੈ। ਤਮਿਲਨਾਡੂ ਫੋਰੈਸਟ ਡਿਪਾਰਟਮੈਂਟ ਹੈਜ਼ ਇਨੀਸ਼ੀਏਟਿਡ 3-day ਐਲੀਫੈਂਟ ਸੈਂਸਿਕਸ ਕੱਢਿਆ ਸੀ ਉਹਨਾਂ ਨੇ ਇਸ ਟਾਈਗਰ ਰਿਜ਼ਰਵ, ਜਿਹਦਾ ਨਾਮ ਹੈ ਸੱਥਿਆ ਮੰਗਲਮ ਟਾਈਗਰ ਰਿਜ਼ਰਵ, ਲੋਕੇਟਿਡ ਇਨ ਦ ਜੰਕਸ਼ਨ ਆਫ ਈਸਟਰਨ ਐਂਡ ਵੈਸਟਰਨ ਗਾਰਡਨ, ਨੀਲਗਿਰੀ ਬਾਇਓਸਫੀਅਰ ਰਿਜ਼ਰਵ ਦੇ ਵਿੱਚ ਇਹ ਲੋਕੇਟਿਡ ਹੈ, ਠੀਕ ਹੈ। ਇਹਦਾ ਏਰੀਆ ਵੀ ਦੱਸ ਰੱਖਿਆ ਮੈਨੇ। ਦ ਰਿਜ਼ਰਵ ਬੋਸਟ ਵਰਲਡਸ ਲਾਰਜੈਸਟ ਟਾਈਗਰ ਪਾਪੂਲੇਸ਼ਨ, ਓਵਰ 280 ਟਾਈਗਰਸ। ਇਜ਼ ਅ ਹੋਮ ਟੂ ਇੰਡੀਜੀਨੀਅਸ ਟ੍ਰਾਈਬਸ ਲਾਈਕ ਅਰੂਲਾ, ਇਰੂਲਾ ਐਂਡ ਕੁਰੁੰਬਾ, ਠੀਕ ਹੈ। ਸੋ ਇਹ ਦੋ ਟ੍ਰਾਈਬਸ ਨੇ ਜਿਹੜੀਆਂ ਉੱਥੋਂ ਦੀਆਂ, ਉਹਦੇ ਲਈ ਇੰਪੋਰਟੈਂਟ ਹੈ। ਤੇ ਵਰਲਡ ਦੇ ਲਾਰਜੈਸਟ ਟਾਈਗਰ ਪਾਪੂਲੇਸ਼ਨ ਹੈ ਜਿਹੜੀ ਉਹ ਇੱਥੇ ਹੈ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਜੀ, ਰੀਸੈਂਟਲੀ ਦ ਵਰਲਡਸ ਫਸਟ 100% ਬਾਇਓਡੀਗ੍ਰੇਡੇਬਲ ਪੈਨ ਬਾਰੇ ਗੱਲ ਯਾਦ ਹੈ ਨਾ? ਸੋ ਪੈਨ ਬਾਰੇ ਮੈਂ ਕੁਐਸਚਨ ਪੁੱਛਿਆ ਸੀ ਕਿ ਬਾਇਓਡੀਗ੍ਰੇਡੇਬਲ ਪੈਨ ਜਿਹੜਾ ਹੈ ਉਹ ਕਿਹੜੀ ਕੰਟਰੀ ਨੇ ਲਾਂਚ ਕੀਤਾ? ਸੋ ਆਨਸਰ ਵਿਲ ਬੀ ਇੰਡੀਆ, ਇੰਡੀਆ ਨੇ ਲਾਂਚ ਕੀਤਾ ਜੀ ਇਹ ਕੰਮ ਕਰਕੇ ਦਿਖਾਇਆ, ਹੈ ਨਾ। ਸੋ ਇਹ ਕੰਮ ਕਰਕੇ ਦਿਖਾਇਆ। 50 ਬਿਲੀਅਨ ਬਾਲ ਪੈਨ ਪੈਨਸ ਨੇ ਜਿਹੜੇ ਉਹ 95% ਜਿਹੜੀਆਂ ਨੇ ਪਲਾਸਟਿਕ ਤੋਂ ਰਹਿਤ ਨੇ ਜੇ ਆਪਾਂ ਗੱਲ ਕਰਦੇ ਹਾਂ, ਮਤਲਬ ਸੋਰੀ ਹੁਣ ਹੈਗੇ ਨੇ ਜੇ ਆਪਾਂ 95% ਦੀ ਗੱਲ ਕਰਦੇ ਹਾਂ। 50 ਬਿਲੀਅਨ ਬਾਲ ਪੈਨਸ ਨੇ ਜਿਹੜੇ ਉਹਦੇ ਨਾਲ ਬਣੇ ਹੁੰਦੇ ਨੇ। ਪਰ ਸੌਰਭ ਐਚ ਮਹਿਤਾ ਜਿਹੜੇ ਨਵੀਂ ਦਿੱਲੀ ਤੋਂ, ਉਹਨਾਂ ਨੇ ਕ੍ਰੀਆਟ ਕੀਤਾ ਜੀ ਇੱਕ 100% ਬਾਇਓਡੀਗ੍ਰੇਡੇਬਲ ਪੈਨ, ਜਿਹਦਾ ਨਾਮ ਵੀ ਮੈਂ ਤੁਹਾਨੂੰ ਦੱਸਿਆ ਸੀ ਨੋਟ, ਨੋਟ ਦੱਸਿਆ ਸੀਗਾ। ਨੋ ਓਫੈਂਸ ਟੂ ਅਰਥ, ਨੋ ਓਫੈਂਸ ਟੂ ਅਰਥ, ਨੋਟ। ਨੈਕਸਟ ਆ ਗਿਆ ਜੀ ਕੁਐਸਚਨ ਆਫ ਦ ਡੇ, ਤੁਹਾਡੇ ਸਾਰਿਆਂ ਵਾਸਤੇ, ਜਿਹਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਣਾ ਹੈ। ਸੋ ਵਿਚ ਡੇ ਇਜ਼ ਆਬਜ਼ਰਵਡ ਐਜ਼ ਅ ਵਰਲਡ ਥਾਇਰਾਇਡ ਡੇ, ਵਰਲਡ ਥਾਇਰਾਇਡ ਡੇ ਜਿਹੜਾ ਹੈ ਦਿਵਸ ਹੈ ਉਹ ਕਿਸ ਦਿਨ ਮਨਾਇਆ ਜਾਂਦਾ ਹੈ? ਤੋ ਇਹਦਾ ਆਂਸਰ ਤੁਸੀਂ ਦੱਸਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ। ਆਈ ਹੋਪ ਤੁਸੀਂ ਪੂਰੀ ਨਿਊਜ਼ ਨੂੰ ਦੇਖਿਆ, ਸੁਣਿਆ ਧਿਆਨ ਨਾਲ, ਤੁਸੀਂ ਆਬਜ਼ਰਵ ਕੀਤਾ। ਇਨ ਬਿਟਵੀਨ ਮੈਂ ਬਹੁਤ ਸਾਰੇ ਕੁਐਸਚਨ ਪੁੱਛੇ ਨੇ ਤੇ ਇਹ ਵੀ ਇੱਕ ਕੁਐਸਚਨ ਪੁੱਛਿਆ, ਤੇ ਇਹਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਹੈ। ਤੋ ਥੈਂਕ ਯੂ ਸੋ ਮਚ, ਤੁਸੀਂ ਕਲਾਸ ਨੂੰ ਪੂਰਾ ਦੇਖਿਆ ਤੇ ਜ਼ਰੂਰ ਲਾਈਕ ਕਰਿਓ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ। ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਥੈਂਕ ਯੂ, ਥੈਂਕ ਯੂ ਵੈਰੀ ਮਚ ਗਾਈਸ, ਥੈਂਕ ਯੂ ਵੈਰੀ ਮਚ।